ਜਲੰਧਰ ਦੇ ਵਾਲੀ ਆਈਏ ਸਭ ਤੋਂ ਪਹਿਲਾਂ ਜਲੰਧਰ ਦੇ ਵਿੱਚ ਬੜਾ ਜ਼ੋਰ ਲੱਗਿਆ ਹੋਇਆ ਸੀ ਹਰੇਕ ਪਾਰਟੀ ਨੇ ਸਿਰ ਧਰਤੀ ਬਾਜੀ ਲਾਈ ਕਹਿ ਸਕਦੇ ਆ ਤੇ ਖਾਸ ਤੌਰ ਤੇ ਸੱਤਾਧਾਰੀ ਪਾਰਟੀ ਨੇ ਤਾਂ ਇੱਥੇ ਹਰੇਕ ਤਰੀਕੇ ਦੇ ਨਾਲ ਜ਼ੋਰ ਲਾਇਆ ਅੱਜ ਵੀ ਜ਼ੋਰ ਲੱਗ ਰਿਹਾ ਸੀ ਹਾਲਾਂਕਿ ਉਹਦੇ ਉੱਪਰ ਫੇਰ ਕਾਰਵਾਈਆਂ ਵੀ ਹੋਈਆਂ ਸੋ VOTING ਹੋਈ ਹੈ ਜੀ ਕਿ ਇਹ ਸਾਰੇ ਮਾਜਰੇ ਦੇ ਵਿੱਚ ਕੀ ਦੇਖਦੇ ਹਾਂ ਕੀ ਕੁਝ ਨਿਕਲਿਆ ਦੇਖੋ ਗੁਰਪ੍ਰੀਤ ਜੀ ਪਹਿਲੀ ਗੱਲ ਤੇ ਇਹ ਆ ਕਿ ਜਿਵੇਂ ਬਾਈ ਦਾ ਇਲੈਕਸ਼ਨ ਕੋਈ ਬਹੁਤੀ ਦੇਰ ਨਹੀਂ ਹੋਈ ਲੰਗੇ ਨੂੰ ਉਦੋਂ ਅਸੀਂ ਵੇਖਿਆ ਸੀਗਾ ਕਿ ਹਰੇਕ ਆਵਾਜ਼ ਆਪ ਆਪ ਐਪ ਕਿ ਹਰੇਕ ਆਵਾਜ਼ ਜਿਹੜੀ ਹੈ ਉਹ ਕਹਿ ਲੋ ਆਪ ਦੇ ਖਿਲਾਫ ਜਿਹੜੀ ਨਿਊਟਰਲ ਆਵਾਜ਼ ਤਾਂ ਇਹਨਾਂ ਕੋਈ ਫਰਕ ਪੈ ਗਿਆ ਗਵਰਨੈਂਸ ਜਿਹੜੀ ਹੁੰਦੀ ਹੈ ਨਾ ਉਹ ਬਹੁਤ ਹੱਦ ਤੱਕ ਚੀਜ਼ਾਂ ਨੂੰ ਬਦਲ ਦਿੰਦੀ ਆ ਐਂਟੀ ਇਨਕੰਮਬੈਂਸੀ ਬਹੁਤ ਚੈਲੰਜ ਤੁਹਾਡੇ ਸਾਹਮਣੇ ਰੱਖਦੀ ਆ ਤਾਂ ਉਹ ਜਿਵੇਂ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬਹੁਤ ਵੱਡੇ ਪੱਧਰ ਤੇ ਵੇਵ ਸੀਗੀ ਉਹ ਤਾਂ ਹੁਣ ਵੇਵ ਨਹੀਂ ਐ ਪਰ ਇਹਦਾ ਮਤਲਬ ਇਹ ਨਹੀਂ ਮੈਂ ਜਿਵੇਂ ਆਵਾਜ਼ ਦੀ ਗੱਲ ਕਰ ਰਿਹਾ ਕਿ ਜਿੰਨੂੰ ਵੀ ਪੁੱਛੋ ਉਥੇ ਕੋਈ ਰਿਪੋਰਟਰ ਆ ਜਰਨਲਿਜ਼ਮ ਨਾਲ ਜੁੜਿਆ ਕੋਈ ਸ਼ਖਸ ਆ ਕੋਈ ਵਿਸ਼ਲੇਸ਼ਣ ਨਾਲ ਜੁੜਿਆ ਸ਼ਖਸ ਆ ਸਾਰੇ ਕਹਿੰਦੇ ਕਿ ਯਾਰ ਟੱਕਰ ਤਾਂ ਫਸਵੀ ਐ ਇਹਦੇ ਤੋਂ ਕੋਈ ਮੁਨਕਰ ਨਹੀਂ ਹੁੰਦਾ ਪਰ ਜਿਸ ਤਰ੍ਹਾਂ ਦਾ ਉਥੇ ਮਾਹੌਲ ਸੀ ਜਿਸ ਤਰ੍ਹਾਂ ਬੂਥ ਲੱਗੇ ਹੋਏ ਤੇ ਬੂਥਾਂ ਤੇ ਬੰਦੇ ਬਾਹਰ ਦੇ ਬਿਠਾਏ ਹੋਏ ਨੇ ਸੁਣ ਚ ਇਹ ਵੀ ਆਇਆ ਕਿ ਭਾਜਪਾ ਦੇ ਸਗੋਂ ਬੂਥਾਂ ਤੇ ਜ਼ਿਆਦਾ ਰੌਣਕ ਨਜ਼ਰ ਆਈ ਹੈ ਤਾਂ ਮਤਲਬ ਕਿ ਉਹ ਪਿੰਡਾਂ ਤੱਕ ਵੀ ਪਹੁੰਚ ਗਿਆ ਪਿੰਡਾਂ 'ਚ ਵੀ ਬੂਥ ਲੱਗੇ ਭਾਜਪਾ ਦੇ ਤਾਂ ਇੱਕ ਤਾਂ ਇਹ ਬੜਾ ਵੱਡਾ ਫੈਕਟ ਹੈ ਕਿ ਜਿਵੇਂ ਮੰਨ ਲਓ ਵੇਵ ਦੇ ਨਾਲ ਇਹ ਪਾਰਟੀ ਸੱਤਾ ਚਾਹੀ ਹੈ ਤਾਂ ਬਾਹਰਲੇ ਬੰਦੇ ਹੀ ਨਹੀਂ ਉਥੇ ਐਮਐਲਏ ਫੜੇ ਗਏ ਸਾਬ ਲਾ ਲੋ ਇਹ ਬਹੁਤ ਘੱਟ ਹੁੰਦਾ ਰੈਅਰ ਹੁੰਦਾ ਕਿ ਕਿਸੇ ਸੱਤਾਧਾਰੀ ਧਿਰ ਦਾ ਐਮਐਲਏ ਆਪਣੀ ਸਰਕਾਰ ਦੇ ਵਿੱਚ ਵਿਰੋਧੀਆਂ ਵੱਲੋਂ ਫੜ ਕੇ ਠਾਣੇ ਦੇ ਦਿੱਤਾ ਜਾਵੇ ਸਿਰਫ ਇਸ ਕਰਕੇ ਕਿਉਂਕਿ ਉਹ ਕੋਡ ਆਫ ਕੰਡਕਟ ਦੇ ਦੌਰਾਨ ਕੰਡਕਟ ਨੂੰ ਤੋੜ ਕੇ ਉੱਥੇ ਤੁਰਿਆ ਫਿਰਦਾ ਸੀਗਾ ਜਿਸ ਨੂੰ ਏਦਾਂ ਫੜ ਕੇ ਫੜਾ ਦਿੱਤਾ ਕਿਸੇ ਨੇ ਜਿਵੇਂ ਕੋਈ ਮੰਨ ਲਓ ਰੋਲੇ ਵਾਲੀ ਜ਼ਮੀਨ ਦੇ ਵਿੱਚ ਤੁਰਿਆ ਫਿਰਦਾ ਹੋਵੇ ਤਾਂ ਇਹ ਆਪਣੇ ਆਪ ਦੇ ਵਿੱਚ ਕੁਝ ਚੀਜ਼ਾਂ ਨੂੰ ਬਿਆਨ ਦੀ ਹੈ ਪਰ ਸਥਿਤੀ ਹਾਲਾਂਕਿ ਮੈਂ ਅੱਜ ਵੀ ਆਮ ਆਦਮੀ ਪਾਰਟੀ ਨੂੰ ਟੱਕਰ ਚ ਮੰਨਦਾ ਉਹਦਾ ਕਾਰਨ ਇਹ ਹੈ ਕਿ ਸਰਕਾਰੀ ਮਸ਼ੀਨਰੀ ਚ ਬਹੁਤ ਤਾਕਤ ਹੁੰਦੀ ਹੈ ਸੱਤਾ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਗਰਜ਼ਾਂ ਦੀ ਆਪਣੀ ਇੱਕ ਅਹਿਮੀਅਤ ਹੁੰਦੀ ਹੈ ਲੋਕ ਕਮਾਂਕਾਰਾਂ ਨੂੰ ਵੋਟ ਕਰਦੇ ਆ ਫਿਰ ਮਤਲਬ ਕਿ ਜੋ ਸੱਤਾ ਚ ਹੁੰਦਾ ਉਹਦੇ ਜਿਹੜੇ ਮਾਇਆ ਧਾਰੀ ਜਿਹੜੇ ਸਪான்ਸਰ ਹੁੰਦੇ ਆ ਬਥੇਰੇ ਹੁੰਦੇ ਆ ਇਸ ਕਰਕੇ ਮੈਂ ਆਮ ਆਦਮੀ ਪਾਰਟੀ ਨੂੰ ਇਹ ਨਹੀਂ ਹੈ ਕਿ ਮੰਨ ਲਵਾਂ ਕਿ ਬਿਲਕੁਲ ਟੱਕਰ ਤੋਂ ਬਾਹਰ ਹੈ ਪਰ ਜਿਵੇਂ ਮੈਂ ਕਿਹਾ ਕਿ ਆਵਾਜ਼ਾਂ ਇਹ ਆ ਰਹੀਆਂ ਕਿ ਆਮ ਆਦਮੀ ਪਾਰਟੀ ਛਟਕਾ ਵੀ ਖਾ ਸਕਦੀ ਹੈ ਟੱਕਰ ਚ ਹੈ ਜੀ ਜਿਸ ਤਰ੍ਹਾਂ ਦਾ ਮੌਜ ਹੈ ਕਿਉਂਕਿ ਇੱਕ ਇਹਦੇ ਚ ਹੁਣ ਜੇ ਤੁਸੀਂ ਫਿਗਰ ਦੇਖੋਗੇ ਤਾਂ ਵੈਸੇ ਤਾਂ ਇਹ ਅਪਡੇਟ ਹੁੰਦਾ ਰਹੇਗਾ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਪਰ ਲਾਸਟ ਜਿਹੜਾ ਫਿਗਰ ਆ ਰਿਹਾ 54% ਆ ਰਿਹਾ VOTING ਦਾ ਇਹ ਕੋਈ ਬਹੁਤ ਜ਼ਿਆਦਾ ਉਤਸ਼ਾਹਤ ਵੋਟ ਨਹੀਂ ਹੈ ਪੋਲ ਜਿਹੜੀ ਆਪਾਂ ਕਹਿ ਦਿੰਨੇ ਆ ਮਤਲਬ ਕਿ ਆਪਾਂ ਕਹੀਏ ਕਿ ਹਾਲਾਂਕਿ ਦੋਏ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ ਕਿ ਬਹੁਤ ਜ਼ਿਆਦਾ ਵੋਟ ਪੈਣ ਦਾ ਕਈ ਵਾਰ ਸੱਤਾਧਾਰੀਆਂ ਨੂੰ ਬਹੁਤ ਵੱਡਾ ਫਾਇਦਾ ਹੁੰਦਾ ਕਿ ਕਈ ਵਾਰ ਨੁਕਸਾਨ ਵੀ ਹੋ ਜਾਂਦਾ ਪਰ ਇੱਥੇ ਮੇਰੇ ਖਿਆਲ ਨਾਲ ਬਿਲੋ ਐਵਰੇਜ ਹੈ ਜੀ ਜੀ ਭਾਈ ਗਰਮੈਂਟ ਨਹੀਂ ਕਹਿ ਸਕਦੀ ਕਿ ਬਹੁਤ ਬਈ ਸਾਡੇ ਕਮਕਰਾਂ ਨੂੰ ਲੋਕਾਂ ਨੇ ਦੱਬ ਕੇ ਵੋਟ ਕੀਤਾ ਹੈ ਤਾਂ ਇਹਦਾ ਮਤਲਬ ਇਹ ਆ ਕਿ ਹੁਣ ਦੇਖੋ ਆਮ ਆਦਮੀ ਪਾਰਟੀ ਦੀ ਪਿਛਲੇ ਇਲੈਕਸ਼ਨ ਚ ਲੋਕ ਸਭਾ ਦੇ ਇਲੈਕਸ਼ਨ ਚ ਇਥੋਂ ਵੋਟ ਸੀ ਸਾਰੀ 25000 ਤੇ ਜਿੱਤਣ ਵਾਲੇ ਦੀ ਵੋਟ ਸੀ 384000 ਜੀ ਹੁਣ ਕਾਂਗਰਸ ਉਸ ਫਿਗਰ ਨੂੰ ਉਸ ਅੰਕੜੇ ਨੂੰ ਮੇਨਟੇਨ ਕਿੰਨਾ ਕੁ ਕਰ ਸਕਦੀ ਹੈ ਤੇ ਇਹ 25000 ਤੋਂ ਕਿੰਨੀ ਵੱਡੀ ਛਾਲ ਲਾਉਂਦੇ ਆ ਇਹ ਦੇਖਣਾ ਹੋਏਗਾ ਪਰ ਜਿਵੇਂ ਮੈਂ ਕਿਹਾ ਕਿ ਇੱਕ ਬਹੁਤ ਜੋਸ਼ੀਲਾ ਵੋਟ ਪਰਸੈਂਟ ਨਹੀਂ ਵੇਖਣ ਨੂੰ ਮਿਲਦਾ ਕਿ ਹਾਂ ਭਈ ਉਹ 65 70 ਤੇ ਚੱਲ ਗਈ ਪੋਲਿੰਗ ਤੇ ਜਿੱਥੋਂ ਆਪਾਂ ਅੰਦਾਜ਼ਾ ਲਾਈਏ ਕਿ ਹਾਂ ਯਾਰ ਹੋ ਸਕਦਾ ਹੈ ਕਿ ਗਵਰਨਰਸ ਦੇ ਮੂੰਹ ਨੂੰ ਬਹੁਤ ਵੱਡੀ ਪੋਲਿੰਗ ਹੋਈ ਆ ਹਾਲਾਂਕਿ ਇਹਦੇ ਵਿੱਚ ਗਰਮੀ ਜਾਂ ਕੁਝ ਚੀਜ਼ਾਂ ਹੈਗੀਆਂ ਨੇ ਸਿਆਸਤ ਪ੍ਰਤੀ ਲੋਕਾਂ ਦੀ ਉਦਾਸੀਨਤਾ ਇਹ ਸਾਰੇ ਫੈਕਟਰ ਆਗੇ ਨੇ ਜੀ ਪਰੰਤੂ ਹੁਣ ਇਹ ਦੇਖਣਾ ਹੋਵੇਗਾ ਕਿ ਜਿਵੇਂ ਹੁਣ ਸ਼ਹਿਰਾਂ ਚ ਰਿਪੋਰਟ ਆ ਰਹੀ ਆ ਕਿ ਭਾਜਪਾ ਠੀਕ ਠਾਕ ਆ ਤੇ ਜੇ ਭਾਜਪਾ ਠੀਕ ਠਾਕ ਵੋਟ ਪਰਸੈਂਟ ਲੈ ਜਾਂਦੀ ਆ ਵੋਟ ਸ਼ੇਅਰ ਉਹਦਾ ਅੱਛਾ ਰਹਿੰਦਾ ਤਾਂ ਉਹਦਾ ਨੁਕਸਾਨ ਕਿਸ ਨੂੰ ਹੁੰਦਾ ਹੈ ਕਾਂਗਰਸ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਤਾਂ ਇਹ ਹੁਣ ਗੱਲਾਂ ਨੇ ਬਾਕੀ ਇਹਨਾਂ ਦੇ ਉਥੇ ਐਮ ਐਲ اے ਕੋਈ ਇੱਕ ਨਹੀਂ ਇੱਕ ਤਾਂ ਕਹਿੰਦੇ ਆ ਕਿ ਮੋਟਰਸਾਈਕਲ ਤੇ ਭੱਜ-ਭੱਗਿਆ ਦੇਖੋ ਚੋਰਾ ਵਾਂਗੂ ਪੈਸੇ ਵੰਡਦਾ ਫੜਿਆ ਕਿ ਉਹਦੇ ਤੇ ਦੋਸ਼ ਹੈ ਕੈਂਟ ਦੇ ਵਿੱਚ ਹੋਇਆ ਤੇ ਉਸੇ ਜਗ੍ਹਾ ਤੇ ਸਭ ਤੋਂ ਘੱਟ VOTING ਹੋਈ ਹੈ 34% ਦੇ ਕਰੀਬ ਸਿਰਫ VOTING ਹੋਈ ਹੈ ਉੱਥੇ ਸਭ ਤੋਂ ਘੱਟ ਨਹੀਂ ਉੱਥੇ ਹਾਂਜੀ ਅੰਕੜਾ ਇਹ ਕਹਿੰਦਾ ਕਿ ਉੱਥੇ 48 ਤੱਕ ਚਲੀ ਗਈ ਹੈ ਹੋ ਸਕਦਾ ਹੈ ਕਿ ਕੋਈ ਗਲਤ ਹੋਵੇ ਮੜਾ ਜਾ ਚੈੱਕ ਜ਼ਰੂਰ ਕਰਿਓ ਪਰ ਇਹ ਕੈਂਟ ਦੇ ਵਿੱਚ ਆ ਫਿਰ ਇਹਨਾਂ ਦੇ ਵਿਧਾਇਕ ਉੱਥੇ ਮਤਲਬ ਕਬੂਥਾਂ ਤੇ ਇਦਾਂ ਬੈਠੇ ਆ ਜਿੱਦਾਂ ਕੋਈ ਆਮ ਲੀਡਰ ਬੈਠੇ ਹੁੰਦੇ ਆ ਵਰਕਰ ਬੈਠੇ ਹੁੰਦੇ ਆ ਜਿਹੜੇ ਆਊਟਸਾਈਡਰ ਨੇ ਬਹੁਤ ਸਾਰੀਆਂ ਫੋਟੋ ਆ ਰਹੀਆਂ ਤਾਂ ਗੱਲ ਇਹ ਆ ਕਿ ਇਹ ਆਪਣੇ ਆਪ ਦੇ ਵਿੱਚ ਬੜੀ ਨਮੋਸ਼ੀਜਨਕ ਸਥਿਤੀ ਆ ਕਿ ਵਰਕਰ ਨਾ ਥਾਣੇ ਦਾ ਫੜਿਆ ਉੱਥੇ ਜਾਂਦਾ ਜਲੰਧਰ ਚ ਤੇ ਉਲਟਾ ਉਹ ਕਹਿ ਦਿੰਦਾ ਕਿ ਜੀ ਮੈਂ ਤੇ ਇੱਥੇ ਵੀ ਲੈਣ ਆਇਆ ਉਹਦਾ ਮਜ਼ਾਕ ਬਣਦਾ ਕਿ ਭਾਈ ਇਹ ਸਾਰਾ ਕੁਝ ਜਿਹੜਾ ਹੈ ਉਹ ਤੁਸੀਂ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਹੋ ਤੇ ਉਸ ਪੇਸ਼ਕਾਰੀ ਦੇ ਵਿੱਚ ਹੁਣ ਤੁਸੀਂ ਫਸ ਵੀ ਰਹੇ ਹੋ। ਬਾਕੀ ਤਗੜੀ ਟੱਕਰ ਹੈ ਜੀ ਇਹਦੇ 'ਚ ਜਿਵੇਂ ਤੁਸੀਂ ਦੱਸ ਵੀ ਰਹੇ ਹੋ ਕਿ ਸਾਮ-ਦਾਮ-ਦੰਡ-ਬੇਦ ਕਹਿੰਦੇ ਸਭ ਕੁਝ ਅਪਣਾਇਆ ਗਿਆ। ਇਹ ਨਹੀਂ ਇਕੱਲੀ ਆਮ ਆਦਮੀ ਪਾਰਟੀ ਕਾਂਗਰਸ ਨੇ ਵੀ ਬਹੁਤ ਜ਼ੋਰ ਲਾਇਆ। ਜੀ ਜੀ। ਸੋ ਕਾਂਗਰਸ ਜ਼ੋਰ ਦਾ ਮਤਲਬ ਕਿ ਸਾਰਾ ਕੁਝ ਹੀ ਆ। ਧਾਮ-ਦਾਮ, ਸਾਮ-ਸਵਕ ਜੋ ਕਰ ਸਕਦੇ ਸਨ। ਕੀਤਾ ਪਰ ਇਹਨਾਂ ਦੇ ਐਮਐਲਐਸ ਦੀ ਸਥਿਤੀ ਮੈਨੂੰ ਉੱਥੇ ਕੋਈ ਬਹੁਤੀ ਵਧੀਆ ਨਹੀਂ ਲੱਗੀ ਜਿਸ ਤਰ੍ਹਾਂ ਘੇਰਿਆ ਗਿਆ ਜਿਸ ਤਰ੍ਹਾਂ ਲਾਡੀ ਸ਼ੇਰੋਂ ਵਾਲੀਏ ਨੇ தਪਕੇ ਮਾਰੇ ਜਿਸ ਤਰ੍ਹਾਂ ਪੁਲਿਸ ਕਾਗਰਸੀਆਂ ਤੋਂ ਛੇਪਦੀ ਨਜ਼ਰ ਆਈ ਉਹ ਸਾਰਾ ਕੁਝ ਜਿਹੜਾ ਉਹ ਇਹਨਾਂ ਲਈ ਮੇਰੇ ਖਿਆਲ ਦੇ ਨਾਲ ਸੋਚਣ ਵਿਚਾਰਨ ਦਾ ਵਿਸ਼ਾ ਹੈ ਪਰ ਗੁਰਪ੍ਰੀਤ ਜੀ ਦੇਖੋ ਜਿੱਤਾ ਆਮ ਆਦਮੀ ਪਾਰਟੀ ਜਿੱਤ ਜਾਂਦੀ ਆ ਤਾਂ ਫਿਰ ਤਾਂ ਸਾਰੇ ਹੀ ਜਿਹੜੇ ਸਵਾਲ ਨੇ ਉਹ ਨਿਧਾਰਦ ਹੋ ਜਾਣਗੇ ਔਰ ਅੱਦੀ ਹੋ ਜਾਣਗੇ ਪਰ ਇਨ ਕੇਸ ਮੰਨ ਲਓ ਜੇਕਰ ਰਿਜ਼ਲਟ ਇਨਾਂ ਦੇ ਖਿਲਾਫ ਆਉਂਦਾ ਹੈ ਬਹੁਤ ਵੱਡੀ ਉਤਲ ਪੁਤਲ ਜਿਹੜੀ ਆ ਹੋ ਸਕਦੀ ਆ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਮ ਆਦਮੀ ਪਾਰਟੀ ਦੇ ਅੰਦਰ ਪੁਚਾਲ ਆ ਸਕਦਾ ਸੋ ਦੇਖਦੇ ਆ ਲੈਟਸ ਸੀ ਪਰ ਵੋਟ ਜਿਹੜੀ ਪੋਲ ਹੋਈ ਆ ਉਹ ਠੀਕ ਠਾਕ ਹੋਈ ਆ ਕੋਈ ਬਹੁਤ ਹੀ ਵੱਡੀ ਵੋਟ ਪੋਲ ਨਹੀਂ ਹੋਈ ਹਾਂ ਦੋਸ਼ ਦੋਹਾਂ ਪਾਸਿਆਂ ਤੋਂ ਲੱਗੇ ਆਪੋਜੀਸ਼ਨ ਤੋਂ ਵੀ ਤੇ ਸੱਤਾਧਾਰੀਆਂ ਤੋਂ ਵੀ ਉਹ ਕਹਿੰਦੇ ਜੀ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਉਹ ਕਹਿੰਦੇ ਇਨਾਂ ਨੇ ਗੁੰਡਾ ਕਰਦੀ ਕੀਤੀ ਆ ਬਹੁਤ ਸਾਰੀਆਂ ਵੀਡੀਓਜ਼ ਉਹ ਵਾਇਰਲ ਹੋਈਆਂ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਉਹ ਚੋਣ ਕਮਿਸ਼ਨ ਕੋਲ ਗਈਆਂ ਨੇ ਪਰ ਓਵਰਆਲ ਜੇ ਤੁਸੀਂ ਦੇਖੋਗੇ ਤਾਂ ਇਲੈਕਸ਼ਨ ਨੇਪਰੇ ਚੜ ਗਿਆ ਕੋਈ ਵੱਡੀ ਘਟਨਾ ਵੀ ਮੈਂ ਸਮਝਦਾ ਕਿ ਵੱਡੀ ਬਹੁਤੀ ਹਿੰਸਾ ਕਿਤੇ ਹੋਈ ਨਹੀਂ ਹੈ ਪਰੰਤੂ ਇਹ ਜਿਹੜੀਆਂ ਘਟਨਾਵਾਂ ਨੇ ਜਿਵੇਂ ਐਮਐਲਏ ਨੁਮਾਇੰਦੇ ਉਹ ਬੜੀ ਸ਼ਰਮਨਾਕ ਸਥਿਤੀ 'ਚ ਉੱਥੇ ਫੜੇ ਗਏ ਆ ਇਹ ਸਾਡੇ ਲਈ ਕੋਈ ਮੇਰੇ ਖਿਆਲ ਨਾਲ ਕੋਈ ਹੈਲਥੀ ਇਲੈਕਸ਼ਨ ਦਾ ਕੋਈ ਸੰਕੇਤ ਨਹੀਂ ਹੈਗਾ ਜੀ ਜੀ ਦਬਕੇ ਖਾਦਿਆਂ ਦਾ ਕਿੰਨਾ ਕੁ ਮੁੱਲ ਉਤਾਰਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਬੜਾ ਆਦੀ ਚੋਟੀ ਦਾ ਜੋਰ ਲੱਗਿਆ ਹੋਇਆ ਸੀ ਦੂਜੇ ਪਾਸੇ ਜਦੋਂ ਲਾਡੀ ਸ਼ੇਰੋ ਵਾਲੀਆ ਵਾਲੀ ਵੀਡੀਓ ਆਉਂਦੀ ਹੈ ਨਾਲ ਹੀ ਆਪਣੇ ਰਾਜਾ ਬੜਿੰਗ ਪਰਨਾ ਬਣ ਕੇ ਆ ਜਾਂਦੇ ਨੇ ਕਹਿੰਦੇ ਬੜਾ ਜ਼ਰੂਰੀ ਸੀ ਮੁੱਦਾ ਇਹ ਲਾਈਵ ਹੁੰਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਆਪਾਂ ਧਰਨਾ ਮਾਰਾਂਗੇ ਜਲਦੀ ਪਹੁੰਚਾਂਗੇ ਜਲੰਧਰ ਜੇਕਰ ਇਹਨਾਂ ਨੂੰ ਠੱਲ ਨਹੀਂ ਪਾਈ ਜਾਂਦੀ ਉਸ ਤੋਂ ਬਾਅਦ ਕਾਰਵਾਈ ਸ਼ੁਰੂ ਹੋਈ ਤੇ ਜਲੰਧਰ ਦੇ ਵੱਖ-ਵੱਖ ਥਾਵਾਂ ਤੇ ਪੁਲਿਸ ਨੇ ਛਾਪੇਮਾਰੀ ਕੀਤੀ ਜਿੱਥੇ-ਜਿੱਥੇ ਪੋਲਿੰਗ ਬੂਥ ਸੀਗੇ ਕੇ ਬੰਦੇ ਉਪਰੇ ਸੱਚੀ ਮੁੱਚੀ ਬੈਠੇ ਹੋਏ ਨੇ ਤਾਂ ਵੱਡੀ ਗਿਰਤੀ 'ਚ ਕਈ ਜਗ੍ਹਾ ਤੇ ਪਾਇਵਿ ਗਏ ਤੁਹਾਡੀ ਗੱਲ ਬਿਲਕੁਲ درست ਹੈ ਇਸ ਤਰ੍ਹਾਂ ਹੋਇਆ ਪਰ ਮਿੰਟੂ ਜੀ ਇੱਕ ਮੇਰਾ ਹੋਰ ਸਵਾਲ ਹੈ ਇਸ ਦੇ ਵਿੱਚ ਕਿ ਜੇਕਰ ਇਸ ਤਰੀਕੇ ਦੇ ਨਾਲ ਵੋਟ ਫੀਸ ਦੀ ਇੰਨੀ ਘਟ ਪੈਂਦੀ ਹੈ ਇਸ ਤੇ ਵੀ ਮਾਹਰਾਂ ਦੀ ਇੱਕ ਥਿਊਰੀ ਹੁੰਦੀ ਹੈ ਕਿ ਜੇ ਵੋਟ ਫੀਸਤ ਬਹੁਤ ਘੱਟ ਹੈ ਤਾਂ ਲੋਕਾਂ ਨੇ ਕਿਸੇ ਨੂੰ ਹਰਾਉਣ ਦੇ ਲਈ ਵੋਟ ਨਹੀਂ ਪਾਈ ਤਾਂ ਇਹ ਇਹ ਤਾਂ ਜਦਾਂ ਸਮਝਾਓ ਕਿ ਜੇਕਰ ਇਸ ਤਰ੍ਹਾਂ ਹੁੰਦਾ ਆ ਜੇ ਪਿਛੋਕੜ 'ਚ ਝਾਤ ਮਾਰੀਏ ਜੇ ਘੱਟ ਵੋਟ ਫੀਸਰਤ ਪਈ ਹੁੰਦੀ ਆ ਤਾਂ ਇਸ ਦਾ ਮੋਸਟਲੀ ਲਾਹਾ ਕਿਹੜੀ ਪਾਰਟੀ ਲੈ ਜਾਂਦੀ ਆ ਸੱਤਾਤਰੀ ਜਾਂ ਫਿਰ ਸੱਤਾ ਤੋਂ ਬਾਹਰ ਆ ਦੇ ਨਹੀਂ ਨਹੀਂ ਦੇਖੋ ਇਹਦੇ 'ਚ ਕੀ ਆ ਕਿ ਸਭ ਤੋਂ ਵੱਡਾ ਕੀ ਰੋਲ ਹੁੰਦਾ ਹੈ ਕਿ ਜਿਹੜਾ ਤੁਹਾਡਾ ਕੋਰ ਵੋਟ ਬੈਂਕ ਹੈ ਕੋਰ ਵੋਟ ਬੈਂਕ ਇੱਥੇ ਜਲੰਧਰ ਦੇ ਵਿੱਚ ਕਿਸ ਦਾ ਸਭ ਤੋਂ ਸੋਲਿਡ ਕਿਹਨੂੰ ਗਿਣਦੇ ਹੋ ਜੀ ਤਾਂ ਆਪਣੇ ਆਪਣੇ ਕਹਿ ਸਕਦੇ ਆ ਕਿ ਉਸ ਸਮੇਂ ਤੋਂ ਨਹੀਂ 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 ਮੈਂ ਦੱਸਦਾ ਜੀ 14 ਟਾਈਮ ਦੀ ਜੇਤੂ ਆ ਕਾਂਗਰਸ 1998 ਤੋਂ ਹਾਰੀ ਨਹੀਂ ਹੈ ਜੀ 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 1998 ਤੋਂ ਕਾਂਗਰਸ ਉਰੇ ਹਾਰੀ ਨਹੀਂ ਹੈ ਤਾਂ ਇਹਦਾ ਸਭ ਤੋਂ ਸੋਲਿਡ ਵੋਟ ਬੈਂਕ ਹੈ ਦੂਸਰੇ ਨੰਬਰ ਤੇ ਜਿਵੇਂ ਆਪਾਂ ਦੇਖਿਆ ਕਾਲੀ ਭਾਜਪਾ 19 ਚ ਇਲੈਕਸ਼ਨ ਲੜ ਰਿਹਾ ਸੀਗਾ ਤਾਂ ਉਹਨਾਂ ਦਾ ਜਿਹੜਾ ਹਾਰ ਦਾ ਮਾਰਜਨ ਸੀ ਮਹਿਜ਼ 19000 ਵੋਟ ਦਾ ਸੀਗਾ ਇਹਦਾ ਮਤਲਬ ਇਹ ਹੈ ਕਿ ਭਾਜਪਾ ਕੋਲ ਵੀ ਤੇ ਉਧਰੋਂ बसपा ਕੋਲ ਵੀ 2 ਲੱਖ ਤੋਂ ਉੱਤੇ ਵੋਟ ਸੀ ਜੀ ਹਰ ਸਧਾਰਨ ਐਵਰੇਜ ਜੇ ਵੋਟ ਸ਼ੇਅਰ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਜਿਹਦਾ ਉਹ ਮਤਲਬ ਕਿ ਕੋਰ ਵੋਟ ਬੈਂਕ ਹੁੰਦਾ ਜਿਹਦੇ ਕੋਲ ਸੋਲਿਡ ਉਹ ਰਹਿੰਦਾ ਜੇ ਉਹਨੂੰ ਮੇਨਟੇਨ ਕਰ ਲੈਂਦਾ ਤੇ ਫਿਰ ਘਾਟਾ ਕਿਸ ਨੂੰ ਆਇਆ ਜਿਹਦਾ ਵੋਟ ਸ਼ੇਅਰ ਪੱਕਾ ਨਹੀਂ ਹੈ ਜੀ ਸਥਾਈ ਨਹੀਂ ਹੈ ਜਿਹਨੂੰ ਸਵਿੰਗ ਹੋਈ ਵੋਟ ਪੈਂਦੀ ਹੈ ਔਰ ਉਹਨੂੰ ਫਿਰ ਨੁਕਸਾਨ ਹੁੰਦਾ ਇਹਨਾਂ ਚੀਜ਼ਾਂ ਦਾ ਸੋ ਇਸ ਕਰਕੇ ਉਹ ਇਹ ਜਿੱਤੇਗਾ ਫਿਰ ਇਸ ਗ੍ਰੇਮ ਦੇ ਵਿੱਚ ਉਹੀ ਜਿਹਦੇ ਕੋਲ ਸਥਾਈ ਵੋਟ ਬੈਂਕ ਹੈ ਜਿਹਦਾ ਵੋਟ ਬੈਂਕ ਮਤਲਬ ਕਿ ਉਹ ਬਈ ਕੁਝ ਵੀ ਹੈ ਉਹ ਹਿੱਲਦਾ ਨਹੀਂ ਹੈ ਤਾਂ ਉਹ ਉਹ ਕੀਦਾ ਹੁਣ ਉਹ ਤਾਂ ਰਿਜ਼ਲਟ ਤੈਅ ਕਰੇਗਾ ਪਰ ਮੈਨੂੰ ਇਹ ਲੱਗਦਾ ਕਿ ਕਾਂਗਰਸ ਦਾ ਦਾ ਜਨਤਾ ਦਲ ਉੱਥੋਂ ਦੋ ਵਾਰੀ ਜਿੱਤਿਆ ਜੀ ਜਨਤਾ ਦਲ ਦੋ ਵਾਰੀ ਜਿੱਤਿਆ ਤਾਂ ਇੱਕ ਵਾਰੀ ਤੇ ਚਲੋ ਅਕਾਲੀ ਦਲ ਦੀ ਸਪੋਰਟ ਕਰਕੇ ਜਿੱਤਿਆ ਦੋ ਜੇ ਵਾਰੀ ਆਪਾਂ ਕਹਿ ਸਕਦੇ ਹਾਂ ਅਕਾਲੀ ਦਲ ਦੀ ਸਪੋਰਟ ਕਰਕੇ ਜਿੱਤਿਆ ਆਦਰਵਾਇਜ਼ ਜੇ ਤੁਸੀਂ ਦੇਖੋ ਉਗੇ ਤਾਂ ਕਾਂਗਰਸ ਨੇ 14 ਟਾਈਮ ਉਹ ਜਿੱਤੀ ਹੋਈ ਸੀਟ ਹੈ ਸ਼ਾਇਦ 14 ਕਿ 16 ਟਾਈਮ ਇਹਦਾ ਮਤਲਬ ਕਿ ਕਾਂਗਰਸ ਉੱਥੇ ਫਿਰ ਜੇ ਤੁਸੀਂ ਇਸ ਚੀਜ਼ ਨੂੰ ਲੈ ਕੇ ਚੱਲੋਗੇ ਇਸ ਫੈਕਟਰ ਨੂੰ ਲੈ ਕੇ ਚੱਲੋਗੇ ਤੇ ਫਿਰ ਕਾਂਗਰਸ ਤੁਹਾਨੂੰ ਸਭ ਤੋਂ ਸੋਲਿਡ ਵੋਟ ਬੈਂਕ ਵਾਲੀ ਨਜ਼ਰ ਆਏਗੀ ਪਰ ਕਿਉਂਕਿ ਹੁਣ ਭਾਜਪਾ ਤੇ ਕਾਲੀ ਉਹ ਆਡਾ ਡੋ ਰਿਹਾ ਤੇ ਬਸਪਾ ਜਿਹੜੀ ਹੈ ਉਹ ਕਾਲੀ ਨਾਲ ਜੁੜ ਰਹੀ ਹੈ ਇਹਦਾ ਮਤਲਬ ਕਿ ਇੱਕ ਵੱਡਾ ਜਿਹੜਾ ਉਹ ਜਿਹੜਾ ਬੇਸ ਹੈ ਇਹਨਾਂ ਤਿੰਨ ਪਾਰਟੀਆਂ ਦਾ ਇਹ ਵੀ ਬਹੁਤ ਕੁਝ ਤੈਅ ਕਰੇਗਾ